ਹਾਂ ਸਾਰਿਆਂ ਨੂੰ ਮਿਲਦੀ ਆ, ਉਹਨਾਂ ਨੂੰ ਮਿਲਦੀ ਆ ਕਿਉਂਕਿ ਉਹਨਾਂ ਨੂੰ ਖਤਰੇ ਆ ਨਾ ਬਾਈ, ਉਹ ਇੱਕ ਦੂਜੇ ਵਿਰੁੱਧ ਬੋਲ ਜਾਂਦੇ ਆ, ਉਹਨਾਂ ਕੋਲੇ ਨਜਾਇਜ਼ ਪੈਸਾ ਵਾ ਤੇ ਉਹਨਾਂ ਨੂੰ ਡਰ ਆ, ਆਪਣੇ ਕੋਲੇ ਪੈਸਾ ਕੋਈ ਨਹੀਂ, 2-4 ਹਜ਼ਾਰ ਰੁਪਈਆ ਬਾਬਾ ਜੀ ਕੋ ਆਪਣੀ ਸਿਕਿਉਰਿਟੀ ਵਾਧੂ। ਮਹਾਰਾਜ ਦਾ ਹੱਥ ਆ ਬਾਈ, ਜਿਹਦੇ ਵੱਲ ਮਹਾਰਾਜ ਹੈਗੇ ਆ ਤੇ ਉਹਦਾ ਜੁਗਾ ਜੁਗੰਤਰਾ ਦੀ ਸਿਕਿਉਰਿਟੀ ਆ, ਜਦੋਂ ਕਰਨ ਕੋਈ ਸੇਵਾ ਤੇ ਫਿਰ ਕੋਲੇ ਗਨਮੈਨ ਰੱਖਣ ਦੀ ਕੀ ਲੋੜ ਆ। ਹਾਂ ਸਿੰਘ ਸ਼ਸਤਰਧਾਰੀ ਜ਼ਰੂਰੀ ਚਾਹੀਦੀ ਆ, ਉਹ ਤਾਂ ਸਾਨੂੰ ਖਾਲਸੇ ਨੂੰ ਹੁਕਮ ਆ, ਮੌਕੇ ਦੀ ਸਰਕਾਰ ਦੀ ਸਿਕਿਉਰਿਟੀ ਨਹੀਂ ਚਾਹੀਦੀ। ਜੇ ਅਸੀਂ ਸਿੱਖ ਹੋ ਕੇ ਮੌਕੇ ਦੀ ਸਰਕਾਰ ਦੀ ਸਿਕਿਉਰਿਟੀ ਭਾਲਦੇ ਹਾਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਪਾਸ਼ਾ ਨਾਲ ਜਾਬਰ ਕਹਿਣ ਦੀ ਲੋੜ ਨਹੀਂ ਸੀ, ਜਹਾਂਗੀਰ ਨਾਲ 10-6ਵੇਂ ਪਾਤਸ਼ਾਹ ਨੂੰ ਮੱਥਾ ਲਾਉਣ ਦੀ ਲੋੜ ਨਹੀਂ ਸੀ, ਅਤੇ ਔਰੰਗਜ਼ੇਬ ਨੂੰ 10ਵੇਂ ਪਾਤਸ਼ਾਹ ਨਾਲ ਲੜਾਈ ਕਰਨ ਦੀ ਲੋੜ ਨਹੀਂ ਸੀ, ਕਿਉਂ ਮੌਕੇ ਦੀਆਂ ਸਰਕਾਰਾਂ ਸੀ। ਅਤੇ 10ਵੇਂ ਪਾਤਸ਼ਾਹ ਦੇ ਜੇ ਸਿੰਘ ਮੌਕੇ ਦੀ ਸਰਕਾਰ ਔਰੰਗਜ਼ੇਬ ਤੋਂ ਸਿਕਿਉਰਿਟੀ ਮੰਗਣ ਤੇ 10ਵੇਂ ਪਾਤਸ਼ਾਹ ਕਹਿਣ ਅਸੀਂ ਕਾਹਦੇ ਵਾਸਤੇ ਬੈਠੇ, ਤੁਸੀਂ ਸਰਕਾਰ ਤੋਂ ਸਿਕਿਉਰਿਟੀ ਮੰਗੀ ਜਾਂਦੇ ਆ, ਤੇ ਸਾਨੂੰ ਵੀ ਤਾਂ ਮਹਾਰਾਜ ਬਾਈ ਜੀ ਕਹਿਣ ਕਈ ਕਦੇ ਤਾਂ ਉਹ ਭਲਿਆ ਆ ਬਾਣਾ ਨੀਲਾ ਪਾ ਕੇ ਤੂੰ ਸਿਕਿਉਰਿਟੀ ਮੌਕੇ ਸਰਕਾਰ ਦੀ, ਕਿਉਂਕਿ ਜੇ 10ਵੇਂ ਪਾਤਸ਼ਾਹ ਦੇ ਅਸੀਂ ਸਿੰਘ ਆ ਤੇ ਇਹ ਪੱਕਾ ਬਾਬਰ ਦੀ ਹੀ ਪੀੜ੍ਹੀ ਚੱਲੀ ਆਉਂਦੀ ਆ, ਕਿਉਂਕਿ ਅਸੀਂ ਹਜੇ ਵੀ ਕਹਿੰਦੇ ਨੇ ਬਾਬਰ ਕੇ ਆ ਗਏ, ਜਦੋਂ ਪੁਲਿਸ ਆਉਂਦੀ ਆ ਨਾ ਕਹਿੰਦੇ ਬਾਬਰ ਕੇ ਆ ਗਏ, ਤੇ ਇਹ ਉਹ ਚੀਜ਼ਾਂ ਹੀ ਆ, ਇਹ ਕੋਈ ਨਹੀਂ। ਔਰੰਗਜ਼ੇਬ ਲਈ 10ਵੇਂ ਪਾਤਸ਼ਾਹ ਅੱਤਵਾਦੀ ਸੀ ਤੇ 10ਵੇਂ ਪਾਤਸ਼ਾਹ ਦੇ ਅਸੀਂ ਪੁੱਤਰ ਹਾਂ, ਤੇ ਔਰੰਗਜ਼ੇਬ ਦੀ ਔਲਾਦ ਲਈ ਵੀ ਅਸੀਂ ਅੱਤਵਾਦ ਕੋਈ ਹੋਵਾਂਗੇ ਕੱਲ੍ਹ।